ਮੇਰੇ ਬਹੁਤ ਹੀ ਸਤਿਕਾਰਯੋਗ ਜਿਹਾਰੂ ਭਰਾਵੋ ਤੇ ਭੈਣੋ ਤੁਹਾਡ ਗਿਆ ਸਾਰਿਆਂ ਦੀਆਂ ਨਿਗਾਮਾਂ ਇੱਥੇ ਬੈਠਣ ਵਾਲਿਆਂ ਦੀ ਵੀ ਤੇ ਜਿਹੜੇ ਤੁਹਾਡਿਆਂ ਦੀ ਸਾਰੇ ਪਿੰਡਾਂ ਚ ਸੂਬਿਆਂ ਚ ਦੇਸ਼-ਪ੍ਰਦੇਸ਼ ਦੀਆਂ ਜਿਨ੍ਹਾਂ ਦੀਆਂ ਨਿਗਾਮਾਂ ਇੱਥੇ ਲੱਗੀਆਂ ਹੋਈਆਂ ਨੇ ਸਾਰਿਆਂ ਦੀਆਂ ਨਿਗਾਮਾਂ 26 ਜਨਵਰੀ ਦਾ ਜੋ ਸਾਡਾ ਸੱਦਾ ਦਿੱਤਾ ਹੋਇਆ ਕਿਸਾਨ ਜਥੇਬੰਦੀਆਂ ਵੱਲੋਂ ਰਾਜਧਾਨੀ ਦੇ ਵਿੱਚ ਪ੍ਰੇਡ ਕਰਨ ਦਾ ਸੱਦਾ ਦਿੱਤਾ ਹੋਇਆ ਸਾਰਿਆਂ ਨੇ ਗਏ ਨਗਾਵਾਂ ਉਹਦੇ ਤੇ ਲੱਗੀਆਂ ਹੋਗੀਆਂ ਨੇ ਕਿਉਂ ਲੱਗੀਆਂ ਹੋਗੀਆਂ ਨੇ ਕਿਉਂਕਿ 26 ਜਨਵਰੀ ਦੇ ਜੋ ਸਾਡਾ ਸੱਦਾ ਦਿੱਲੀ 'ਚ ਪ੍ਰੇਡ ਕਰਨ ਦਾ ਉਹਦੀ ਸਫਲਤਾ ਦੇ ਨਾਲ ਇਸ ਮੋਰਚੇ ਦਾ ਚੌਥਾ ਨਵਾਂ ਮੀਲ ਪੱਥਰ ਤੈ ਹੋਣਾ ਪਹਿਲਾ ਮੀਲ ਪੱਥਰ ਅਸੀਂ ਪੰਜਾਬ ਵਾਲਿਆਂ ਨੇ 2 ਮਹੀਨੇ ਲਗਾਤਾਰ ਰੇਲਾ ਰੋਖ ਕੇ ਟੋਲ ਪਲਾਜੇ ਬੰਦ ਕਰਕੇ ਪਹਿਲਾ ਮੀਲ ਪੱਥਰ ਸਥਾਪਿਤ ਕੀਤਾ ਸੀ ਦੂਜਾ ਮੀਲ ਪੱਥਰ 26 ਨਵੰਬਰ ਨੂੰ ਪੰਜਾਬ ਦੀਆਂ ਸਰਹੱਦਾਂ ਤੇ ਜੋ ਸਰਕਾਰੀ ਰੋਕਾਂ ਲੱਗੀਆਂ ਸੀ ਸਾਨੂੰ ਡੱਕਣ ਦੀ ਖਾਤਰੋ ਰੋਕਾਂ ਦੂਰ ਕਰਕੇ ਦਿੱਲੀ ਪਹੁੰਚ ਕੇ ਦੂਜਾ ਮੀਲ ਪੱਥਰ ਸਥਾਪਿਤ ਕੀਤਾ ਸੀ ਤੀਜਾ ਮੀਲ ਪੱਥਰ 27 ਨੂੰ ਸ਼ਾਮ ਨੂੰ ਜਦੋਂ ਇਹ ਮਿਤ ਸ਼ਾਹ ਤੇ ਜਿਹੜੀ ਮੋਦੀ ਸਰਕਾਰ ਹੈ ਇਹ ਕਹਿੰਦੇ ਸੀਗੇ ਵੀ ਇੱਥੋਂ ਡੰਡਾ ਡੇਰਾ ਚੱਕ ਕੇ ਬਰਾੜੀ ਪਾਰਕ ਦੇ ਵਿੱਚ ਲੈ ਜਾਓ ਅਸੀਂ ਕਿਹਾ ਵੀ ਨਹੀਂ ਅਸੀਂ ਦਿੱਲੀ ਨੂੰ ਘੇਰਨਾ ਹੈ ਦਿੱਲੀ ਦੇ ਅੰਦਰ ਪਾਰਕ ਚ ਘਿਰਨ ਨਹੀਂ ਆਏ ਇਹ ਤੁਸੀਂ ਮੋਰਚਾ ਇੱਥੇ ਸਥਾਪਿਤ ਕੀਤਾ 50 ਦਿਨਾਂ ਤੋਂ ਇਹ ਤੀਜਾ ਮੀਲ ਪੱਥਰ ਸੀ ਹੁਣ ਚੌਥਾ ਮੀਲ ਪੱਥਰ 26 ਤਰੀਕ ਦੀ ਜਿਹੜਾ ਸਾਡਾ ਸੱਦਾ ਉਹਦੀ ਸਫਲਤਾ ਦੇ ਨਾਲ ਜੁੜਿਆ ਜੇ ਅਸੀਂ ਉਹ ਸੱਦੇ ਨੂੰ ਸਫਲ ਕਰ ਲਿਆ ਦਿੱਲੀ ਚ ਪ੍ਰੇਡ ਕਰਕੇ ਮੁੜ ਕੇ ਇੱਥੇ ਆ ਗਏ ਇਸ ਮੋਰਚੇ ਦਾ ਚੌਥਾ ਬੀਲ ਪੱਥਰ ਸਥਾਪਿਤ ਹੋ ਜਾਊਗਾ ਤੇ ਜਿੱਤ ਦੇ ਨੇੜੇ ਪਹੁੰਚ ਜਾਊਗਾ ਇਸ ਕਰਕੇ 26 ਵਾਲੇ ਐਕਸ਼ਨ ਦੀ ਕੋਈ ਛੋਟੀ ਮਹੱਤਤਾ ਨਹੀਂ ਬਹੁਤ ਵੱਡੀ ਮਹੱਤਤਾ ਉਹ ਇਤਿਹਾਸਕ ਦਿਨ ਹੋਊਗਾ ਸਾਡੇ ਮੋਰਚੇ ਦਾ ਇਸੇ ਕਰਕੇ ਜਿਹੜੀਆਂ ਸਾਰੀਆਂ 26 ਤੋਂ ਪਹਿਲਾਂ ਜਿੰਨੇ ਵੀ ਸਾਨੂੰ ਸੱਦੇ ਦਿੱਤੇ ਐ 18 ਤਰੀਕ ਦਾ ਔਰਤ ਕਿਸਾਨ ਮਾਰਚ 20 ਤਰੀਕ ਦਾ ਸਹਿਬ ਸ਼ਿਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸਾਰੇ ਪੰਜਾਬ ਚ ਦੇਸ਼ ਵਿਦੇਸ਼ਾਂ ਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਸਮਾਗਮ ਹੋਣਗੇ ਅਰਦਾਸਾਂ ਹੋਣਗੀਆਂ ਉਸ ਦਿਨ ਇਸ ਮੋਰਚੇ ਦੀ ਜਿੱਤ ਲਈ ਤੇ ਸਾਰੇ 26 ਦੇ ਐਕਸ਼ਨ ਦੀ ਜਿੱਤ ਲਈ ਥਾਂ ਥਾਂ ਤੋਂ ਜਿਹੜਾ ਅਰਦਾਸਾਂ ਵਾਲਾ ਐਕਸ਼ਨ ਹੈ ਪ੍ਰੋਗਰਾਮ ਹੈ ਉਹ ਉਸ ਤੋਂ ਬਾਅਦ 23 ਤਰੀਕ ਨੂੰ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਨਾਲ ਜੋੜ ਕੇ ਜਿਹੜਾ ਅਸੀਂ ਮਾਰਚਾਂ ਦਾ ਪ੍ਰੋਗਰਾਮ ਦਿੱਤਾ ਤੇ ਦਿੱਲੀ ਤੋਂ ਕੂਚ ਕਰਨ ਦਾ ਪ੍ਰੋਗਰਾਮ ਦਿੱਤਾ ਇਹ ਸਾਰੇ ਦੇ ਸਾਰੇ ਜਿਹੜੇ ਪ੍ਰਚਾਰ ਪ੍ਰੋਗਰਾਮ ਹੈ ਤਿਆਰੀ ਮਹਿੰਮਦੇ ਪ੍ਰੋਗਰਾਮ ਹੈ 26 ਦੀ ਖਾਤਰ 26 ਦੀ ਰਹਿਸਲ ਹੈ ਹੁਣ ਵੀ ਮੈਂ ਜਾ ਕੇ ਆਇਆ ਪਰਸੋ ਲੋਹੜੀ ਵਾਲੇ ਦਿਨ ਪੰਜਾਬ ਦੇ ਵਿੱਚ ਪਿੰਡ-ਪਿੰਡ ਟਰੈਕਟਰ ਮਾਰਚ ਹੋ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਿੰਡ ਦਾ ਕੋਈ ਪਿੰਡ ਇਸ ਕੱਲ ਨੂੰ ਰਹਿ ਗਿਆ ਹੋਵੇ ਜੀਦਾ 40 ਜਾਂ 50 ਟਰੈਕਟਰ ਕਿਸੇ ਪਿੰਡ ਚੋਂ ਟਰੈਕਟਰ ਮਾਰਚ ਚ ਨਾ ਨਿਕਲੇ ਹੋਣ ਉਹ ਸਾਰੇ ਦੇ ਸਾਰੇ ਕਹਿ ਰਹੇ ਆ ਵੀ ਸਾਡੀ 26 ਦੀ ਰਹਿਸਲ ਐ ਐਡਾ ਵੱਡਾ ਜੋਸ਼ ਤੇ ਉਤਸ਼ਾਹ ਪੰਜਾਬ ਹਰਿਆਣਾ ਤੇ ਦੂਜੇ ਸੂਬਿਆਂ ਦੇ ਵਿੱਚ ਚੱਲ ਰਿਹਾ ਪ੍ਰਵਾਹ ਚੱਲ ਰਿਹਾ ਹੜ ਔਰ ਨੂੰ ਤਿਆਰ ਐ ਦਿੱਲੀ ਦੀ ਖਾਤਰ ਇਹਨੂੰ ਸਹਿਣ ਨਹੀਂ ਹੋ ਰਿਹਾ ਇਹ ਉਤਸ਼ਾਹ ਇਹਨਾਂ ਹਕੂਮਤਾਂ ਤੋਂ ਇਨਾ ਸਿਆਸਤਦਾਨਾਂ ਤੋਂ ਸਹਿਣ ਨਹੀਂ ਹੋ ਰਿਹਾ ਉਹਨਾਂ ਨੂੰ ਘਬਰਾਹਟ ਛੜ ਰਹੀ ਹੈ ਜਿਉਂ ਜਿਉਂ 26 ਨੇੜੇ ਆ ਰਹੀ ਹੈ ਉਹ ਘਬਰਾਹਟ ਕਿਹੜੀਆਂ ਗੱਲਾਂ ਚੋਂ ਦਿਸਦੀ ਹੈ ਉਹਨਾਂ ਨੇ ਸਾਡਾ ਸਮਰਥਨ ਘਟਾਉਣ ਦੀ ਖਾਤਰ ਲੋਕ ਸਾਡਾ ਸਮਰਥਨ ਨਾ ਕਰਨ ਉਹਨਾਂ ਨੇ ਸਰਕਾਰ ਨੇ ਕੋਝੇ ਤੇ ਕਬੀਨੇ ਹੱਥ ਕੰਡੇ ਵਾਤਣੇ ਸ਼ੁਰੂ ਕੀਤੇ ਆ ਉਹਨਾਂ ਕੋਝੇ ਕਬੀਨਾ ਹੱਥ ਕੰਡਿਆਂ ਦੇ ਵਿੱਚ ਸਭ ਤੋਂ ਕੋਝਾ ਜੋ ਕੱਲ ਉਹਨਾਂ ਨੇ ਜਿਹੜੀ ਕੇਂਦਰੀ ਜਾਂਚ ਏਜੰਸੀ ਐਨ ਆਈਏ ਕਹਿ ਦਿੰਦੇ ਆ ਅੰਗਰੇਜ਼ੀ ਚ ਸ਼ਾਰਟ ਚ ਉਸ ਨੇ ਜਿਹੜੇ ਸਾਡੇ ਸਮਰਥਕ ਸੀ ਜਿਨ੍ਹਾਂ ਨੇ ਫਰੀ ਬੱਸਾਂ ਲਗਾਈਆਂ ਸੀਗੀਆਂ ਇੱਥੇ ਦਿੱਲੀ ਚ ਮੋਰਚੇ ਚ ਆਉਣ ਦੀ ਖਾਤਰ ਜਿਨ੍ਹਾਂ ਨੇ ਫਰੀ ਤੇਲ ਪਵਾਏ ਸੀਗੇ ਉਹਨਾਂ ਨੂੰ ਐਨ ਆਈਏ ਅਧੀਨ ਜਾਂ ਕੌਮੀ ਜਾਂਚ ਏਜੰਸੀ ਵੱਲੋਂ ਨੋਟਸ ਆਉਣੇ ਸ਼ੁਰੂ ਹੋ ਗਏ ਵੀ ਤੁਹਾਡੇ ਤੁਸੀਂ ਅਪਰਾਧ ਕਰ ਰਹੇ ਹੋ ਤੁਹਾਡੇ ਕੋਲੇ ਵਿਦੇਸ਼ੀ ਪੈਸਾ ਆਇਆ ਹੋਇਆ ਉਹ ਤੁਸੀਂ ਕਿਸਾਨਾਂ ਨੂੰ ਦੇ ਰਹੇ ਹੋ ਜਿਨ੍ਹਾਂ ਦੇ ਵਿੱਚ ਇੱਕ ਮੈਂ ਨਾਂ ਲਾਉਂਗਾ ਲੁਧਿਆਣੇ ਜ਼ਿਲ੍ਹੇ ਦਾ ਨਨਕਾਣਾ ਸਾਹਿਬ ਟਰਾਂਸਪੋਰਟ ਦਾ ਜੋ ਮਾਲਕ ਹੈ ਇੰਦਰਪਾਲ ਝੱਜ ਤੇ ਹੋਰ ਉਹਦੇ ਤਿੰਨ ਚਾਰ ਸਾਥੀ ਜਿਹੜੇ ਲੁਧਿਆਣੇ ਤੋਂ ਉਹਦੀ ਬੱਸ ਦੇ ਵਿੱਚ ਤੇਲ ਪਾਉਂਦੇ ਸੀ ਉਹਨਾਂ ਨੂੰ ਚਾਰ ਜਾਣਿਆਂ ਨੂੰ ਦਿੱਲੀ ਦੀ ਜਿਹੜੀ ਇਹ ਹਕੂਮਤ ਦੀ ਜਿਹੜੀ ਕੌਮੀ ਜਾਂਚ ਏਜੰਸੀ ਆ ਉਹਨੇ ਨੋਟਿਸ ਭੇਜੇ ਆ ਵੀ ਤੁਹਾਡੇ ਕੋਲੇ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਤਾਂ ਕਿ ਉਹ ਡਰਦੇ ਵੀ ਕਿਤੇ ਸਾਡੇ ਦੇ ਕੇਸ ਨਾ ਪੈ ਜੇ ਉਹ ਡਰਦੇ ਬਸਾਂ ਭੇਜਣੋਂ ਹਟ ਜਾਣ ਈਡੀ ਦੇ ਤਹਿਤ ਇਹਨਾਂ ਨੇ ਕਿੰਨੇ ਜਾਣਿਆਂ ਨੂੰ ਨੋਟਿਸ ਭੇਜਿਆ ਵੀ ਤੁਹਾਡਾ ਕਾਰੋਬਾਰ ਗੈਰਕਾਨੂੰਨੀ ਆ ਈਡੀ ਦੇ ਸਾਹਮਣੇ ਪੇਸ਼ ਹੋਵੋ ਗਾਇਕਾਂ ਨੂੰ ਜਿਨ੍ਹਾਂ ਨੇ ਸਾਡੇ ਖਾਤਰ 4 ਮਹੀਨਿਆਂ ਤੋਂ ਲਿਖ ਰਹੇ ਆ ਗਾ ਰਹੇ ਆ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਵਿੱਚ ਆ ਪੈ ਗਿਆ ਸੈਂਟਰ ਨਾਲ ਆਰ ਕੇ ਗੀਤ ਤਿਆਰ ਕੀਤੇ ਆ ਗਾਏ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚ ਸ਼੍ਰੀ ਬਰਾੜ ਪਟਿਆਲੇ ਦੀ ਪੁਲਿਸ ਵੱਲੋਂ ਜਿਨੇ ਕਿਸਾਨ ਐਂਥਮ ਗੀਤ ਲਿਖਿਆ ਉਹਨੂੰ ਉਹਦੇ ਤੇ ਪਰਚਾ ਵੀ ਪਾਇਆ ਉਹਨੂੰ ਜਲੇਲ ਵੀ ਕੀਤਾ ਸਾਰੇ ਹੱਥ ਕੰਡੇ ਆ ਇਹਨਾਂ ਦੇ ਸਰਕਾਰ ਦੇ ਵੀ ਇਹ 24 ਵਾਲਾ ਜਿਹੜਾ ਐਕਸ਼ਨ ਇਹ ਸਫਲ ਨਾ ਹੋ ਜਾਏ ਕਿਸਾਨ ਡਰਦੇ ਜਾਂ ਹੋਰ ਹਮੈਤੀ ਡਰਦੇ ਪਿੱਛੇ ਹਟ ਜਾਣ ਅਸੀਂ ਕੱਲ ਮੀਟਿੰਗ 'ਚ ਵੀ ਕਿਹਾ ਸਾਡੇ ਆਗੂਆਂ ਨੇ ਤੇ ਹੁਣ ਵੀ ਕਹਿੰਦੇ ਆ ਵੀ ਜਿੰਨੇ ਮਰਜ਼ੀ ਹੱਥ ਕੰਡੇ ਵਰਤ ਲੈ ਇਹ ਜਿਹੜਾ ਹੜਾ ਕਿਸਾਨਾਂ ਦਾ 26 ਤਰੀਕ ਨੂੰ ਦਿੱਲੀ ਵੱਲ ਆਉਣਾ ਰੁਕੂਗਾ ਨਹੀਂ ਹਰਿਆਣੇ ਵਾਲਿਆਂ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਥੱਲੇ ਹੁਣ ਜਿਹੜਾ ਹਾਲ ਹੋਇਆ ਹਰਿਆਣੇ ਦੇ ਲੋਕਾਂ ਨੇ ਕੀਤਾ ਉਹ ਪਹਿਲਾਂ ਵਾਲਾ ਬਲਾਰਾਸ ਨੂੰ ਦੱਸ ਗਿਆ ਵੀ ਉਹਨਾਂ ਨੇ ਸਾਰੇ ਪ੍ਰੋਗਰਾਮ ਹੀ ਮੁਲਤਵੀ ਕਰਤੇ ਸਮੇਤ 26 ਜਨਵਰੀ ਵਾਲੇ ਪ੍ਰੋਗਰਾਮ ਸੋ ਭਰਾਵੋ ਇਹ ਸੀ ਉਹਨਾਂ ਦੀਆਂ ਕੋਸ਼ਿਸ਼ਾਂ ਅਗਲੀ ਗੱਲ ਹੈ ਜਿਹੜੀ ਨਕਾਮ ਕਰਾਂਗੇ ਸੀ ਸਾਫ਼ ਕਹਿੰਨੇ ਆ ਵੀ ਪਹਿਲਾਂ ਵੀ ਨਕਾਮ ਕੀਤੇ ਤੇ 26 ਜਨਵਰੀ ਨੂੰ ਨਵਾਂ ਮਿਲ ਪੱਥਰ ਤੈਅ ਕਰਾਂਗੇ ਅਗਲੀ ਗੱਲ ਜਿਹੜਾ ਤੁਸੀਂ ਪੁੱਛ ਰਹੇ ਹੋ ਜਾਂ ਸਾਨੂੰ ਪੱਤਰਕਾਰ ਪੁੱਛ ਰਹੇ ਹੋ ਵੀ 26 ਜਨਵਰੀ ਦਾ ਤੁਸੀਂ ਸਾਰੇ ਆਗੂਆਂ ਨੇ ਕਹਿਤਾ ਸਰਬਸੰਮਤੀ ਨਾਲ ਕੱਲ ਬਿਆਨ ਵੀ ਦੇ ਦਿੱਤੇ ਵੀ 26 ਜਨਵਰੀ ਵਾਲਾ ਰੈਲੀ ਹਰ ਨਾ ਰੈਲੀ ਨਹੀਂ ਪ੍ਰੇਡ ਹਰ ਹਾਲ ਹੋਊਗੀ ਕੋਈ ਉਹਦੇ ਵਿੱਚ ਦਿੱਲੀ ਦੇ ਅੰਦਰ ਹੋਊਗੀ ਕੋਈ ਤਬਦੀਲੀ ਨਹੀਂ ਇਹ ਸਾਰਿਆਂ ਨੇ ਇੱਕ ਆਵਾਜ਼ ਹੋ ਕੇ ਕਹਿਤਾ ਪਰ ਹੁਣ ਤੁਸੀਂ ਜਾਂ ਪੱਤਰਕਾਰ ਪੁੱਛ ਰਹੇ ਆ 26 ਜਨਵਰੀ ਦੀ ਤੁਹਾਡੀ ਪਲਾਨ ਕੀ ਹੈ ਤੁਹਾਡਾ ਰੋਡ ਰੂਟ ਪਲਾਨ ਕੀ ਹੈ ਕਿਹੜੇ ਰੂਟ ਰਾਹੀਂ ਤੁਸੀਂ ਜਾਓਗੇ ਕਿੱਧਰ ਦੀ ਮੁੜ ਕੇ ਆਓਗੇ ਤੁਹਾਡੇ ਹੋਰ ਇੰਤਜ਼ਾਮ ਕੀ ਹੈ ਸੁਰੱਖਿਆ ਇੰਤਜ਼ਾਮ ਕੀ ਹੈ ਇਹਨਾਂ ਬਾਰੇ ਸਾਰਾ ਕੁਝ ਉਹ ਪੁੱਛ ਰਹੇ ਆ ਕਿਉਂਕਿ ਉਹਨਾਂ ਚਰ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਜਿੱਨਾ ਚਰ ਰੂਟ ਪਲਾਨ ਨਹੀਂ ਦੱਸ ਰਹੇ ਕਿਤੇ ਐਵੇਂ ਨਾ ਕਹਿੰਦੇ ਹੋਣ ਭਰਾਵੋ ਉਹ ਰੂਟ ਪਲਾਨ ਵਾਲਾ ਵੀ ਅੱਜ ਆ ਜਾਊਗਾ 2 ਵਜੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਉਹ ਰੂਟ ਪਲਾਨ 26 ਵਾਲੇ ਦੀ ਕੰਕਰੀਟ ਠੋਸ ਪਲਾਨਿੰਗ ਹੀ ਤੈਅ ਕੀਤੀ ਜਾਣੀ ਆ ਉਹਦੇ ਏਜੰਡਾ ਚ ਇੱਕ ਮੇਨ ਏਜੰਡਾ ਹੈ ਕੱਲ ਨੂੰ 17 ਤਰੀਕ ਨੂੰ ਜੋ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਜੋ ਅੱਜ ਬੱਤੀਆਂ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਪਾਸ ਕਰਤਾ ਲਗਭਗ ਉਹਦੀ ਪ੍ਰਵਾਨਗੀ ਹੋ ਜਾਂਦੀ ਹੈ ਕਿਉਂਕਿ ਸਾਰੇ ਸੂਬੇ ਮੰਨਦੇ ਆ ਵੀ ਪੰਜਾਬ ਵਾਲਿਓ ਤੁਸੀਂ ਪਹਿਲ ਕੀਤੀ ਐ ਤੁਸੀਂ ਮੋਰਚੇ ਦੀ ਪਨੀਰੀ ਲਾਈ ਐ ਦੂਜੇ ਸੂਬਿਆਂ ਚੋਂ ਪਨੀਰੀ ਲੱਗੀ ਐ ਅੱਜ ਵੱਧ ਫੁੱਲ ਰਿਹਾ ਇਸ ਕਰਕੇ ਉਹ ਪੰਜਾਬ ਦੀਆਂ ਜਥੇਬੰਦੀਆਂ ਦੀ ਤੈਅ ਕੀਤੇ ਹੋਏ ਫੈਸਲੇ ਨੂੰ ਨਹੀਂ ਮੋੜਦੇ ਉਹਦੇ ਵਿੱਚ ਤੈਅ ਹੋ ਜੂਗੀ ਕੱਲ ਨੂੰ ਆ ਜਾਊਗਾ ਰੂਟ ਪਲਾਨ ਵੀ ਆ ਜਾਊਗਾ ਕਿਹੜੇ ਰੂਟ ਜਾਣਾ ਅਸੀਂ ਕਹਾਂਗੇ ਸਰਕਾਰ ਨੂੰ ਹੁਣ ਆ ਰਹੇ ਆ ਵੀ ਕੱਲ ਨੂੰ 26 ਨੂੰ ਸ਼ਾਂਤੀ ਰਹੂਗੀ ਕਿ ਨਹੀਂ ਰਹੂਗੀ ਇਹ ਜਿਹੜਾ ਸਾਨੂੰ ਸਵਾਲ ਕਰਦੇ ਆ ਜੋ ਵੀ ਸ਼ਾਂਤੀ ਦਾ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ 2 ਮਹੀਨੇ ਪਹਿਲਾਂ ਪੰਜਾਬ 'ਚ ਚੱਲੇ 50 ਦਿਨ ਤੋਂ ਉੱਪਰ ਇੱਥੇ ਹੋ ਗਏ ਜੇ ਤੂੰ ਪਹਿਲਾਂ ਨਹੀਂ ਕਿਸਾਨਾਂ ਨੇ ਸ਼ਾਂਤੀ ਭੰਗ ਕੀਤੀ ਜਿਵੇਂ ਵੀ ਕਿਸਾਨ ਆਗੂਆਂ ਨੇ ਕਿਹਾ ਉਵੇਂ-ਉਵੇਂ ਉਹ ਆਏ ਐ 7 ਤਰੀਕ ਨੂੰ ਆਪਾਂ ਕੇਐਮਪੀ ਤੇ ਟਰੈਕਟਰ ਮਾਰਚ ਕੀਤਾ ਜਿੱਥੋਂ ਦੀ ਕਹਿਤਾ ਖੜ ਜਾ ਉੱਥੇ ਖੜ ਗਏ ਜਿੱਥੇ ਕਹਿਤਾ ਬਹਿ ਜਾ ਬਹਿ ਗਏ ਜਿੱਥੋਂ ਕਹਿਤਾ ਮੁੜੇ ਉਹ ਮੁੜੇ ਇਹ ਦਿਖਾਉਂਦਾ ਵੀ ਸਾਰੀ ਸਾਡੇ ਜਿਹੜੇ ਕਿਸਾਨ ਆ ਭਾਵੇਂ ਉਹਨਾਂ 'ਚ ਜਿੰਨਾ ਮਰਜ਼ੀ ਨੌਜਵਾਨਾਂ 'ਚ ਉਤਸ਼ਾਹ ਹੈਗਾ ਸਾਡੇ ਜਾਬਤੇ ਚਾ ਸਾਡੇ ਡਿਸਪੀਸਪਲਨ ਚਾ ਸ਼ਾਂਤੀਪੂਰਵਕ ਲੜ ਰਹੇ ਆ ਤੇ ਫਿਰ ਹੁਣ ਉਹ ਸ਼ਾਂਤੀ ਦਾ ਕਿਉਂ ਸਵਾਲ ਕਰ ਰਹੇ ਨੇ ਹਾਂ ਠੀਕ ਹੈ ਜੇ ਸਰਕਾਰ ਨੇ ਸ਼ਾਂਤੀ ਭੰਗ ਕਰਨੀ ਹੋਈ ਸਰਕਾਰ ਨੇ ਆਪਣੇ ਬੰਦੇ ਛੱਡ ਕੇ ਕੋਈ ਨਾ ਕੋਈ ਸ਼ਾਂਤੀ ਭੰਗ ਕਰਨ ਵਾਲਾ ਕੰਮ ਕਰਨਾ ਹੋਇਆ ਤਾਂ ਫਿਰ ਸਰਕਾਰ ਨੂੰ ਤੇ ਜਾਂ ਸਰਕਾਰ ਦੇ ਜੈਸੀਆਂ ਨੂੰ ਨਹੀਂ ਅਸੀਂ ਰੋਕ ਸਕਦੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਕਹਿੰਦੇ ਹਾਂ ਜੇ ਸਰਕਾਰ ਸੱਚ ਕੋਈ ਚਾਹੁੰਦੀ ਆ ਵੀ ਇਹ ਸ਼ਾਂਤੀਪੂਰਵਕ ਪ੍ਰੇਡ ਹੋ ਜੇ ਤਾ ਸਰਕਾਰ ਦਾ ਫਰਜ ਬਣਦਾ ਵੀ ਉਹ ਆਗੂਆਂ ਨਾਲ ਗੱਲ ਕਰਕੇ ਉਹਨਾਂ ਨੂੰ ਰੂਟ ਪਲਾਨ ਜਿਹੜੇ ਆਗੂ ਅਸੀਂ ਅੱਜ ਰੂਟ ਪਲਾਨ ਬਣਾਇਆ ਹੋਊਗਾ ਰੋਡ ਪਲਾਨ ਅਸੀਂ ਬਣਾਇਆ ਹੋਊਗਾ ਉਹਦੇ ਤੇ ਉਹ ਪ੍ਰਵਾਨਗੀ ਦੇ ਦੇਣ ਮੂਹਰੇ ਲੱਗ ਜਾਣ ਅਸੀਂ ਉਹ ਜਿਹੜਾ ਤੈ ਹੋਇਆ ਹੋਊਗਾ ਉਹ ਤੋਂ 1 ਇੰਚ ਨਹੀਂ ਵੱਧ ਜਿਹੜਾ ਐਲਾਨ ਕਰਾਂਗੇ ਉਹੀ ਕਰਾਂਗੇ ਤੇ ਉਹ ਉਸ ਰੂਟ ਤੋਂ ਵੀ ਟਰੈਕਟਰ ਪਰੇਡ ਕਰਾ ਦੇਣ ਤੇ ਆਪੇ ਕੋਈ ਰੌਲਾ ਨਹੀਂ ਪਊਗਾ ਕੋਈ ਸ਼ਾਂਤੀ ਨਹੀਂ ਪੰਘ ਹੋਊਗੀ ਪਰ ਜੇ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਹਾਕਮ ਹੈ ਅਸੀਂ ਤੈ ਕਰਨਾ ਅਸੀਂ ਸੋਨੂੰ ਮਨਜ਼ੂਰੀ ਦੇਣੀ ਹੈ ਇਹ ਸਾਡਾ ਮਾਮਲਾ ਵੀ ਦੇਣੀ ਹੈ ਜਾਂ ਨਹੀਂ ਦੇਣੀ ਹੈ ਜੇ ਤੁਸੀਂ ਬਿਨਾਂ ਮਨਜ਼ੂਰੀ ਤੇ ਪ੍ਰੇੜ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਾਨੂੰ ਸਖਤੀ ਵੀ ਵਰਤਣੀ ਆਉਂਦੀ ਹੈ ਜੇ ਇਹੋ ਜਿਹਾ ਉਹਨਾਂ ਨੇ ਰੰਗੜਾਉਪਣਾ ਦਿਖਾਇਆ ਇਹੋ ਜਿਹਾ ਉਹਨਾਂ ਨੇ ਹੰਕਾਰ ਦਿਖਾਇਆ ਉਹਨਾਂ ਨੇ ਫਿਰ ਸਿੱਧੀ ਗੱਲ ਹੈ ਜਿਵੇਂ 26 ਤਰੀਕ ਨੂੰ ਪ੍ਰਵਾਨਗੀ ਲਈ ਗਈ ਸੀ 26 ਨਵੰਬਰ ਨੂੰ ਦਿੱਲੀ ਚ ਆਉਣ ਦੀ ਖਾਤਰ ਉਵੇਂ 26 ਜਨਵਰੀ ਨੂੰ ਰੋਕਾ ਪਰਹਾ ਕਰਕੇ ਜਿਹੜਾ ਸਾਡਾ ਹਟਕਾ ਅਪਰੇਡ ਕਰ ਲਾਉ ਮਾਣਾਂਗੇ ਅਸੀਂ ਕਿਉਂਕਿ ਜਿਹੜਾ ਇਹ ਹੱਕ ਹੈ ਦੀ ਮੋਰ ਇਹਦੇ ਤੇ ਸੁਪਰੀਮ ਕੋਰਟ ਨੇ ਵੀ ਲਾਤੀ ਹੈ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਵੀ ਕੋਈ ਵੀ ਜਿਹੜਾ ਦੇਸ਼ ਦਾ ਨਾਗਰਿਕ ਹੈ ਕਿਸਾਨ ਆ ਮਜ਼ਦੂਰ ਆ ਮੁਲਾਜ਼ਮ ਆ ਕੋਈ ਵੀ ਹੈ ਉਹ ਦਿੱਲੀ ਦੇ ਹਾਕਮਾਂ ਕੋਲੇ ਰਾਜਧਾਨੀ ਦੇ ਵਿੱਚ ਆ ਕੇ ਆਪਣਾ ਦੁੱਖ ਪ੍ਰਗਟ ਕਰਨ ਦਾ ਫਰਿਆਦ ਕਰਨ ਦਾ ਹੱਕ ਹੈ ਕਿਸਾਨਾਂ ਨੂੰ ਜੇ ਨਹੀਂ ਅੰਦਰ ਵੜਨ ਦਿੱਤਾ ਇਹਨਾਂ ਦਾ ਹੱਕ ਖੋਹਿਆ ਗਿਆ ਸਰਕਾਰ ਨੂੰ ਹੱਕ ਨਹੀਂ ਖੋਣਾ ਚਾਹੀਦਾ ਸੀਗਾ ਇਹ ਸੁਪਰੀਮ ਕੋਰਟ ਦੀ ਟਿੱਪਣੀ ਆ ਚੁੱਕੀ ਆ ਸਾਡੇ ਪੱਖ 'ਚ ਉਹਨਾਂ ਨੇ ਕਹਿਤਾ ਵੀ ਦਿੱਲੀ ਦੇ ਅੰਦਰ ਜਾਣਾ ਆਪਣਾ ਰੋਸ ਪ੍ਰਗਟ ਕਰਨਾ ਰੋਸ ਮੁਜ਼ਾਹਰਾ ਕਰਨਾ ਇਹਨਾਂ ਦਾ ਹੱਕ ਹੈ ਤਾਂ ਅਸੀਂ ਜੇ ਸੁਪਰੀਮ ਕੋਰਟ ਨੇ ਵੀ ਕਹਿਤਾ ਤਾਂ ਅਸੀਂ ਇਹ ਹੱਕ ਜੇ ਸਰਕਾਰ ਨੇ ਨਾ ਦਿੱਤਾ ਤਾਂ ਅਸੀਂ ਲਵਾਂਗੇ ਅਗਲੀ ਗੱਲ ਹੈ ਜਿਹੜੀ ਮੈਂ ਕਰਨ ਵਾਲੀ ਹੈ ਜ਼ਰੂਰੀ ਹੈ ਆਉਣ ਵਾਲੇ ਦਿਨਾਂ ਦੇ ਨਾਲ ਉਹ ਇਹ ਹੈ ਵੀ ਭਰਾਵੋ ਕੋਈ ਘਬਰਾਉਣ ਦੀ ਗੱਲ ਨਹੀਂ ਜੇ ਕੋਈ ਇੱਕ ਅੱਧਾ ਬੰਦਾ ਕੋਈ ਪਾਸੇ-ਪਾਸੇ ਬਿਆਨ ਦੇ ਦਿੰਦਾ ਜਿਵੇਂ ਆ ਪਹਿਲਾਂ ਕਮਲਪ੍ਰੀਤ ਪੰਨੂ ਸਾਹਿਬ ਬੋਲ ਕੇ ਗਏ ਆ ਵੀ ਇੱਕ ਨੇ ਕਹਿਤਾ ਵੀ ਮੈਂ 1.5 ਕਰੋੜ ਰੁਪਇਆ ਦੇਵਾਂਗਾ ਇਹ ਜੇ ਬਾਹਰ ਬੈਠਾ ਵਿਦੇਸ਼ ਬੈਠਾ ਕੋਈ ਜੇ ਬੰਦਾ ਬਿਆਨ ਦੇ ਦਿੰਦਾ ਸਾਨੂੰ ਉਹ ਤੋਂ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਯਕੀਨ ਕਰਨਾ ਚਾਹੀਦਾ ਵੀ ਜਿਹੜੀਆਂ ਜਥੇਬੰਦੀਆਂ ਐਲਾਨ ਕਰਨਗੀਆਂ ਜੋ ਵੀ ਜਥੇਬੰਦੀਆਂ 'ਚ ਫੈਸਲਾ ਹੁੰਦਾ ਅਸੀਂ ਸੌਖਾ ਨੇ ਵੀ ਜੋ ਫੈਸਲਾ ਹੋ ਗਿਆ ਉਹਨੂੰ ਲਾਗੂ ਕਰਾਂਗੇ ਜੇ ਉਹਨੂੰ ਕੋਈ ਫੈਸਲੇ ਨੂੰ ਬਦਲੂਗਾ ਤੈ ਕਿਤੇ ਨੂੰ ਉਹ ਉਹਦਾ ਵਿਰੋਧ ਕਰਾਂਗੇ ਇਸ ਕਰਕੇ ਜੋ ਵੀ ਜਥੇਬੰਦੀਆਂ ਵੱਲੋਂ ਫੈਸਲਾ ਹੁੰਦਾ ਭਾਵੇਂ ਉਹ ਪੰਜਾਬ ਦੀਆਂ 32 ਜਥੇਬੰਦੀਆਂ ਭਾਵੇਂ ਉਹ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਵਾਲੀਆਂ ਜਥੇਬੰਦੀਆਂ ਉਹ ਉਹ ਸੱਦਾ ਹੋਊਗਾ ਇਹਦੂ ਖੱਬੇ ਸੱਜੇ ਕੋਈ ਵੀ ਸੱਦਾ ਦੇਈ ਜਾਵੇ ਉਹ ਸੱਦਾ ਸੋਡਾ ਨਹੀਂ ਹੋਊਗਾ ਉਹ ਕਿਸਾਨ ਮੋਰਚੇ ਦਾ ਨਹੀਂ ਹੋਊਗਾ ਉਹਦੇ ਵੱਲ ਤੁਸੀਂ ਕੰਨ ਨਹੀਂ ਕਰਨਾ ਜੇ ਤੁਸੀਂ ਕੰਨ ਹੀ ਨਾ ਕੀਤਾ ਤੁਸੀਂ ਉਹਨੂੰ ਸੁਣਿਆ ਨੂੰ ਅਣ ਸੁਣਿਆ ਕਰਤਾ ਅਣ ਦੇਖਿਆ ਕਰਤਾ ਫੇਰ ਫੇਰ ਇਹ ਜੇ ਕੋਈ ਦੇ ਵੀ ਜਾਊਗਾ ਨਾ ਸਾਨੂੰ ਘਬਰਾਉਣਾ ਚਾਹੀਦਾ ਨਾ ਸਰਕਾਰ ਨੂੰ ਐਵੇਂ ਖਾ ਮਖਾ ਦੀਆਂ ਸ਼ਿਕਾਇਤਾਂ ਸੁਪਰੀਮ ਕੋਰਟ ਚ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਨੇ ਸ਼ਿਕਾਇਤ ਕੀਤੀ ਹੋਈ ਆ ਪਹਿਲਾਂ ਜਿੱਦਾਂ ਸੁਪਰੀਮ ਕੋਰਟ ਬੈਠੀ ਸੀਗੀ ਇਹ ਆਪਣੇ ਮਸਲੇ ਨੂੰ ਵਿਚਾਰਨ ਦੇ ਖਾਤਰ ਸੁਣਵਾਈ ਕਰਨ ਦੇ ਖਾਤਰ ਵੀ ਇੱਥੇ ਖਾਲਿਸਤਾਨ ਦਾ ਝੰਡਾ ਝੁਲਣਗੇ ਇੱਥੇ ਬਗਾਵਤ ਹੋਊਗੀ ਇੱਥੇ ਬਲੱਡ ਸ਼ੈੱਡ ਹੋਊਗਾ ਇਹਨਾਂ ਨੂੰ ਛੱਬੀ ਨੂੰ ਨਾ ਕਰਨ ਦਿਓ ਅੱਜ ਵੀ ਤੋਂ ਰਿਪੋਰਟ ਕਰਵਾਈ ਹੈ ਸੋ ਉਹ ਵੀ ਜਿਹੜਾ ਸਾਰਾ ਕੁਝ ਇੱਕ ਬੰਦੇ ਦੇ ਬਿਆਨ ਨੂੰ ਲੈ ਕੇ ਜੇ ਸਰਕਾਰ ਹਊਆ ਖੜਾ ਕਰਦੀ ਹੈ ਅਸਲ ਵਿੱਚ ਅਸੀਂ ਸਮਝਦੇ ਹਾਂ ਵੀ ਉਹ ਰੋਕਣ ਦਾ ਆਧਾਰ ਆਪ ਤਿਆਰ ਕਰ ਰਹੀ ਹੈ ਵੀ ਉਸ ਬਹਾਨੇ ਇਹਨਾਂ ਦੀ 26 ਜਨਵਰੀ ਵਾਲੀ ਤੋਂ ਸੁਪਰੀਮ ਕੋਰਟ ਤੋਂ ਰੋਕ ਲਵਾ ਦਿੱਤੀ ਜਾਵੇ ਸੁਪਰੀਮ ਕੋਰਟ ਬਾਰੇ ਵੀ ਸਾਡਾ ਸਾਫ ਹੈ ਪਹਿਲੀ ਗੱਲ ਸਾਨੂੰ ਹੈ ਨਹੀਂ ਵੀ ਉਹ ਰੋਕ ਲਾਉਗੀ ਕਿਉਂਕਿ ਜਿਹੜੀ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਹੱਕ ਹੈ ਤੇ ਹੁਣ ਤੱਕ ਅਸੀਂ ਸ਼ਾਂਤੀ ਵੀ ਭੰਗ ਨਹੀਂ ਕੀਤੀ ਫਿਰ ਹੁਣ ਸਾਡਾ ਹੱਕ ਖੋਣ ਦੀ ਖਾਤਰ ਸਾਨੂੰ ਲੱਗਦਾ ਵੀ ਸੁਪਰੀਮ ਕੋਰਟ ਨਹੀਂ ਕੋਈ ਹਦਾਇਤ ਕਰੂਗੀ ਪਰ ਜੇ ਕਰ ਵੀ ਦਿੱਤਾ ਮੰਨ ਕੇ ਕਰ ਲੋ ਤਾਂ ਅਸੀਂ ਮੰਤਰੀਆਂ ਦੀ ਮੀਟਿੰਗ ਜੀ ਕਹਿ ਕੇ ਆਇਆ ਸਾਰੇ ਆਗੂ ਇੱਕ ਆਵਾਜ਼ ਹੋ ਕੇ ਵੀ ਜੇ ਸਾਡੇ ਅੰਦੋਲਨ ਨੂੰ ਅੱਗੇ ਰੋਕਣ ਦੀ ਖਾਤਰ ਅੱਗੇ ਵਧਣ ਤੋਂ ਤੇ ਜੇ ਸਾਡਾ ਜਿਹੜਾ ਕਾਨੂੰਨਾਂ ਵਾਲੀ ਰੱਦ ਕਰਾਉਣ ਵਾਲੀ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਕਰਾਉਣ ਵਾਲੀ ਲੜਾਈ ਨੂੰ ਨਾ ਪੱਖੀ ਅਸਰ ਪਾਉਣ ਵਾਲਾ ਸੁਪਰੀਮ ਕੋਰਟ ਨੇ ਵੀ ਕੋਈ ਹਦਾਇਤ ਕੀਤੀ ਫੈਸਲਾ ਕੀਤਾ ਅਸੀਂ ਡਿਸੋਵੇ ਕਰਾਂਗੇ ਅਸੀਂ ਸਜ਼ਾ ਕੱਟ ਲਾਂਗੇ ਪਰ ਇਹ ਜਾਂ ਫੈਸਲਾ ਹਦਾਇਤ ਅਸੀਂ ਨਹੀਂ ਮੰਨਾਂਗੇ ਸੋ ਇਸ ਕਰਕੇ ਭਰਾਵੋ ਇਹ ਸਾਰਿਆਂ ਤਿਆਰ ਹੈ ਤੁਹਾਡੇ ਲੀਡਰ ਖੁਸ਼ੀ ਬਹਿਮ ਕਰੋ ਜੋ ਲੀਡਰਾਂ ਨੇ ਕਿਹਾ ਉਹ ਕਰਨਗੇ ਮੂਰੇ ਲੱਗਣਗੇ ਲੀਡਰ 40 ਲੀਡਰ ਹੈ ਜਿਹੜੇ ਉਹ ਤੁਹਾਡੀ ਅਗਵਾਈ ਕਰਨਗੇ ਜਿਵੇਂ ਕੇਐਮਪੀ ਵਾਲੇ ਨੇ 7 ਤારીખ ਨੂੰ ਕੀਤੀ ਸੀ ਉਵੇਂ ਤੁਹਾਡੀ ਰਵਾਈ ਕਰਨਗੇ ਮੂਰੇ ਅਸੀਂ ਹੋਵਾਂਗੇ ਮਗਰ ਸਾਡੇ ਕਿਸਾਨ ਤੇ ਨੌਜਵਾਨ ਤੇ ਸਾਡੀਆਂ ਭੈਣਾਂ ਹੋਣਗੀਆਂ ਉਹਨਾਂ ਵੀ ਜੇ ਉਹਨਾਂ ਤੇ ਕੋਈ ਅਥਰੂ ਗੈਸ ਡਿੱਗੂਗੀ ਉਹਨਾਂ ਤੇ ਕੋਈ ਪਾਣੀ ਦਾ ਵਾਛੜ ਡਿੱਗੂਗੀ ਪਹਿਲਾਂ ਅਸੀਂ ਜਦੋਂ ਨਾ ਖੜੇ ਰਹੇ ਉੱਥੇ ਅਸੀਂ ਡਿੱਗ ਪਏ ਅਸੀਂ ਬੇਹੋਸ਼ ਹੋ ਗਏ ਉਦੋਂ ਤੁਸੀਂ ਆ ਜਾਓ ਉਦੋਂ ਸੁੱਡੀ ਸੈਕੰਡ ਪਾਰਟ ਦੇ ਤੌਰ ਤੇ ਤੁਹਾਡੀ ਲੋੜ ਹੋਊਗੀ ਨਹੀਂ ਪਹਿਲਾਂ ਮੂਰੇ ਆਣ ਲਗੇ ਮੈਨੂੰ ਨਹੀਂ ਲੱਗਦਾ ਵੀ ਦਿੱਲੀ ਦੀ ਹਕੂਮਤ ਨੇ ਜੇ ਇੱਕ ਵੀ ਆਗੂ ਦੇ ਕੋਈ ਫੱਟੜ ਕਰਤਾ ਕੋਈ ਜ਼ਖਮ ਵੀ ਕਰਤਾ ਕਿਸੇ ਦੀ ਜਾਨ ਲੈ ਲਈ ਇੱਕ ਵੀ ਆਗੂ ਦੀ ਇਹ ਦਿੱਲੀ ਦੀ ਸਰਕਾਰ ਟਿਕ ਨਹੀਂ ਸਕੂਗੀ ਉਦੋਂ ਇਹਦਾ ਕੀਰਤਨ ਸੋਲਾ ਪੜਿਆ ਜਾਊਗਾ ਖਤਮ ਹੋ ਜੂਗੀ ਇੰਨਾ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ